ਮੋਟਰਸਾਈਕਲ ਨੂੰ ਹਿੱਟ ਕੀਤਾ ਜਿਹਦੇ ਉੱਤੇ ਸਵਾਰ ਸੀਗੇ ਬੱਚਾ ਸੀ ਇੱਕ ਲੇਡੀ ਔਰ ਇੱਕ ਜੈਂਟਸ ਉਹਨੂੰ ਚਲਾ ਰਿਹਾ ਸੀ ਉਹਦਾ ਜਿਹੜਾ ਇਹ ਸ਼ੱਕ ਕੀਤਾ ਜਾਂਦਾ ਵੀ ਜਿਹੜੀ ਉਹ ਮੋਟਰਸਾਈਕਲ ਹੈ ਵੀ ਉਹ ਸ਼ਾਇਦ ਇਹਦੇ ਵਿੱਚ ਡਿੱਗ ਗਿਆ ਪਾਣੀ ਸੂਏ 'ਚ ਹਾਂ ਨਹੀਂ ਉਹ ਮੌਕੇ 'ਤੇ ਕਾਬੂ ਕਰ ਲਿਆ ਸੀ ਹਾਂਜੀ ਅੱਜ ਕੀ ਗੱਲ ਹੋਈ ਹੈ ਕਿਹੜਾ ਇੱਥੇ 9:35 'ਤੇ ਜੋ ਸੁਣਨ 'ਚ ਆਇਆ ਸੀਗਾ ਫੋਨ ਆਇਆ ਵੀ ਇੱਥੇ ਇੱਕ ਮਤਲਬ ਕਿ ਜੈਂਟ ਸੀਗਾ ਦੋ ਕੁੜੀਆਂ ਸੀਗੀਆਂ ਇੱਕ ਬੱਚਾ ਇਹਦੇ ਵਿੱਚ ਡਿੱਗ ਪਿਆ ਅਤੇ 9:35 ਤੋਂ ਲੈ ਕੇ 11:35 ਤੱਕ ਖੁਦ ਕੁਛ ਮੁੰਡੇ ਜਿਹੜੇ ਮਤਲਬ ਕਿ ਤੈਰ ਸਕਦੇ ਸੀ ਉਹ ਅਗਾਂਹ 3 ਕਿਲੋਮੀਟਰ ਤੱਕ ਵੇਖ ਆਏ ਪਰ ਹਾਲੇ ਤੱਕ ਕੁਛ ਨਹੀਂ ਮਿਲਿਆ ਹੁਣ NDRF ਦੀ ਟੀਮ ਆਈ ਹੈ ਉਹ ਆਪਦਾ ਵਿੱਚ ਜਾ ਰਹੇ ਆ ਉਹ ਵੇਖ ਰਹੇ ਹੈਗੇ ਅਤੇ ਗੱਡੀ ਵਾਲੇ ਨੇ ਦਾਰੂ ਪੀਤੀ ਵੀ ਪਿੱਛੋਂ ਲੈ ਕੇ ਮਾਰੀ ਅਤੇ ਇੱਥੋਂ ਮੋਟਰਸਾਈਕਲ ਵਿੱਚ ਦੀ ਟੱਪ ਗਿਆ ਕਹਿੰਦੇ ਠੀਕ ਹੈ ਨਾ ਗੱਡੀ ਵਾਲੇ ਗੱਡੀ ਖੜੀ ਹੈ ਅਤੇ ਉਹ ਪੁਲਿਸ ਨੂੰ ਉਹ ਦਾਰੂ ਡੱਕਿਆ ਵਾ ਸੀਗਾ ਅਤੇ ਉਹਨੂੰ ਪੁਲਿਸ ਲੈ ਚੁੱਕੀ ਇਹ ਵੀਰੇ ਸਾਢੇ 9 ਵਜੇ ਐਕਸੀਡੈਂਟ ਹੋਇਆ ਬਲੈਲੋ ਦੱਦੀ ਵਾਲਾ ਸੀ ਉਹਨੇ ਲਿਆ ਅਤੇ ਮੋਟਰਸਾਈਕਲ 'ਤੇ ਦੋ ਜਾਣੇ ਸੀ ਇਸ ਬੁੜੀ 'ਤੇ ਬੰਦਾ ਅਤੇ ਵਿੱਚ ਲਿਆ ਅਤੇ ਮਾਰਿਆ ਉਹਨਾਂ ਨੇ ਅਤੇ ਵਿੱਚ ਲਿਆ ਮਾਰੇ ਬੰਦਾ ਦਾ ਬਹੁਤ ਸੁਲਤਾ ਪਿਆ ਮੈਂ ਪਾਇਆ ਸੀ ਵਾਈਟ ਕਲਰ ਦਾ ਬੰਦੇ ਦੇ ਅਤੇ ਬੁੜੀ 'ਤੇ ਦਲਾਬੀ ਸੂਟ ਪਾਇਆ ਸੀ ਦੋਨੇ ਬੁਲਟ ਸੂਏ ਦੇ ਵਿੱਚ ਦੇ ਆ ਕਹਿੰਦੇ ਮੋਟਰਸਾਈਕਲ ਦੁਬਾਰਾ ਤਾਂ ਪਤਾ ਨਹੀਂ ਦੁਬਾਰਾ ਨਾਲ ਹੈ ਦੇ ਨਹੀਂ ਅਤੇ ਬਲੈਲੋ ਵਾਲੇ ਨੇ ਨਾ ਇੰਨੀ ਤੱਤੋ ਤਾਂ 90-80 ਦੇ ਸਪੀਡ ਹੈ ਦੀ ਉਹ ਦੀ ਅਤੇ ਉਹਨੇ ਲਿਆ ਦੇ ਤਦੇ ਵਿੱਚ ਵੀ ਮਾਰਨਾ ਸੀ ਦਾਰੂ ਪੀਤੀ ਹੋਈ ਦੱਤਿਆ ਫਿਰਦੇ ਪੂਰਾ ਜਿਹੜਾ ਉਹਨੇ ਪਹਿਲਾਂ ਵੀ ਤੰਦ ਪਾਉਣ ਉਹਨੇ ਐਕਸੀਡੈਂਟ ਕੀਤਾ ਪਹਿਲਾਂ ਉੱਤੇ ਮਾਰ 'ਤੇ ਆਇਆ ਜੀ ਹੁਣ ਇੱਥੇ ਆ ਉਹਨੇ ਤੀਤਾ ਹੀ ਐਵੇਂ ਮਾਰਿਆ ਉਹਨੇ ਹੀ ਪਹਿਲਾਂ ਸਾਡੇ ਨੂੰ ਮਾਰਨਾ ਰਹੀ ਉਹ ਬੰਦੇ ਨੇ ਇੱਥੇ ਐਕਸੀਡੈਂਟ ਇੱਧਰ ਨੂੰ ਚੱਲਦੀ ਸੀ ਦਾਰੂ ਇੰਨੀ ਪੀਤੀ ਹੋਈ ਉਦੋਂ ਉਹਨੇ ਉੱਧਰ ਨੂੰ ਚੱਲਦੀ ਨਾ ਉੱਤੇ ਆ ਅਤੇ ਮੋਲ 'ਤੇ ਆ ਅਤੇ ਹੁੰਦਾ ਵੀ ਨਦੇ ਦਲ 'ਤੇ ਹੋਇਆ ਜੀ ਦਾਰੂ ਨਾਲ ਦੱਤਿਆ ਫਿਰਦੇ ਬੰਦਾ ਫੜ ਲਿਆ ਜੀ ਅਸੀਂ ਉਹ ਅਤੇ ਉਹਨੂੰ ਬੰਦੇ ਨੂੰ ਤਾਣੇ 'ਤੇ ਪਤਾ ਤਾ ਜੀ ਬੱਚਾ ਵੀ ਤਹੀ ਜਾਂਦੇ ਆ ਹੁਣ ਹੈਦਾ ਵੀ ਆ ਤੇ ਨਹੀਂ ਵੀ ਐਵੇਂ ਤਹੀ ਜਾਂਦੇ ਬੱਚੇ ਬੰਦਾ ਤੇ ਬੁੜੀ ਦਾ ਵਿੱਚ ਜੀ ਬੰਦਾ ਤੇ ਬੁਲਟ ਦੇ ਨਾ ਹਵਾ ਤੋਂ ਸੂਏ ਦੇ ਵਿੱਚ ਦਿਓ ਮੈਂ ਦੋਵਾਂ ਮੇਰੇ ਸਾਹਮਣੇ ਹੋਇਆ ਜੀ ਨਹੀਂ ਮੋਟਾ ਸਿੰਪਲ ਸੀ ਸਿੰਪਲ ਮੋਟਾ ਸੀ ਉਹਨਾਂ ਤੋਂ ਬੱਚੇ ਦਾ ਪਤਾ ਨਹੀਂ ਬੱਚਾ ਹੈਦਾ ਹੀ ਸਾਹਿਬ ਰਹਿੰਦੇ ਆ ਦੋ ਜਾਣੇ ਤਾਂ ਹੈਦੇ ਜੀ ਲਾਦਮੀ ਬੰਦਾ ਬੁੜੀ ਦਾ ਹੈਦੇ ਜੀ ਤਿੰਨ ਜਾਣੇ ਪੂਰੇ 2 ਘੰਟੇ ਹੋ ਗਏ ਲਗਾਤਾਰ ਭਾਲ ਜਾਰੀ ਹੈਗੀ ਹੈ NDRF ਦੀਆਂ ਟੀਮਾਂ ਲੱਗੀਆਂ ਹੋਈਆਂ ਪਰ ਅਜੇ ਤੱਕ ਕੁਛ ਵੀ ਪਤਾ ਨਹੀਂ ਲੱਗ ਸਕਿਆ।